ਮਨ ਪਰਿਆ ਗੱਲਾਂ ਤੇਰੀਆਂ ਤੋਂ ਲੱਗਦਾ ਯਾਰਾ ਗੱਲ ਗੱਲ ਤੇ ਸ਼ੱਕ ਕਰਦਾ ਠਾਕ ਹੋ? Yes, sir. ਆਪਣੇ ਵੱਲੋਂ ਜਿਹੜੀ ਕੋਸ਼ਿਸ਼ ਕੀਤੀ ਹੈ ਖੁਸ਼ ਹੋ? Yes, sir. ਜੱਜਸ ਤੋਂ ਪੁੱਛਦੇ ਹੋ ਕਿੰਨੇ ਖੁਸ਼ ਨੇ ਜੀ? ਕਪਤਾਨ ਲਾਡੀ ਜੀ ਤੁਸੀਂ ਕੀ ਕਹਿਣਾ ਚਾਹੋਗੇ ਜੀ? ਫਿਰ ਸੁਮਿਤ ਅੱਛਾ ਗਾਇਆ, ਸੋਹਣਾ ਗਾਇਆ, ਐਨਰਜੀ ਥੋੜ੍ਹੀ ਹੋਰ, ਜਿੱਦਾਂ ਵਿਚਕਾਰ ਤੁਹਾਨੂੰ ਉਹ ਹਮਿੰਗ ਵਾਲਾ ਪਾਰਟ ਦਿੱਤਾ ਗਿਆ ਸੀ, ਥੋੜ੍ਹਾ ਹੋਰ ਐਨਰਜੀ ਨਾਲ ਕਹਿੰਦੇ ਹੋਰ ਮਜ਼ਾ ਆਉਂਦਾ, ਬਟ ਮਜ਼ਾ ਆਇਆ ਸਾਨੂੰ, ਇਹ ਨਹੀਂ ਕਿ ਮਜ਼ਾ ਨਹੀਂ ਆਇਆ, ਅੱਛਾ ਗਾਇਆ ਤੁਸੀਂ, ਠੀਕ ਹੈ, ਗੋਡ ਬਲੈਸ ਯੂ। ਸ਼ਿੰਦਾ ਸਰ, ਸੁਮੀਤ ਜੀ, ਵੈਲ ਡਨ। ਗੀਤ ਦੇ ਮੈਸੇਜ ਜੋ ਕਨਵੇਅਰ ਕਰਨਾ ਚਾਹੁੰਦੇ ਸੀ ਤੁਸੀਂ, ਉਹ ਸਾਡੇ ਕੋਲ ਆ ਗਿਆ, ਅਤੇ ਫੀਲਿੰਗ ਦੇ ਨਾਲ ਸੀਗਾ, ਇਸ ਲਵਲੀ ਮੈਲੋਡੀ, ਕੀਪ ਇਟ ਅਪ, ਵੈਲ ਡਨ। ਸਵੇਤਾਜ ਮੈਮ, ਕਿੱਦਾਂ ਦਾ ਲੱਗਾ ਤੁਹਾਨੂੰ ਇਹ ਗਾਣਾ? ਸੁਮੀਤ, ਸੋਹਣਾ ਗਾਇਆ ਤੁਸੀਂ, ਇਟ ਵਾਜ਼ ਅ ਨਾਈਸ ਬਿਊਟੀਫੁਲ ਪਰਫੋਰਮੈਂਸ ਓਵਰਆਲ, ਪਰ ਥੋੜ੍ਹਾ ਫਲੈਟ ਫਲੈਟ ਜਿਹਾ ਲੱਗਾ, ਸਮਥਿੰਗ ਵਾਜ਼ ਮਿਸਿੰਗ, ਆਈ ਡੋਂਟ ਨੋ, ਬਟ ਸੁਰ ਤੁਹਾਡੇ ਸਹੀ ਲੱਗੇ ਨੇ, ਆਵਾਜ਼ ਤੁਹਾਡੀ ਹੈ ਹੀ ਸੋਹਣੀ, ਐਂਡ ਯੂ ਆਰ ਲੁਕਿੰਗ ਸੋ ਬਿਊਟੀਫੁਲ। ਅੰਦਾਜ਼ ਇਹਨਾਂ ਦਾ ਅੱਛਾ ਹੈ, ਲੇਕਿਨ ਇੱਕ ਪ੍ਰੋਬਲਮ ਹੈ ਇਹਨਾਂ ਦੇ ਗਾਣੇ 'ਚ, ਉਹ ਹੌਲੀ ਹੌਲੀ ਜਾਏਗੀ, ਇੱਕਦਮ ਤਾਂ ਨਹੀਂ ਠੀਕ ਹੋਏਗੀ। ਉਹ ਮੈਂ ਪਹਿਲਾਂ ਵੀ ਮੈਂਸ਼ਨ ਕੀਤਾ ਸੀ, ਉਹ ਅੱਜ ਫਿਰ ਮੈਂਸ਼ਨ ਕਰੂੰਗਾ ਕਿ ਇਹ ਗਾਣੇ ਨੂੰ ਬਹੁਤ ਖਿੱਚਦੇ ਆ, ਜੋ ਪਿਚਿੰਗ ਸੀਗੀ ਦੈਟ ਵਾਜ਼ ਪਰਫੈਕਟ, ਲੇਕਿਨ ਜੋ ਸਵਾਦ ਆਉਣਾ ਚਾਹੀਦਾ ਸੀ ਨਾ,
ਉਹ ਨਹੀਂ ਆ ਰਿਹਾ ਸੀ ਬਿਕੋਜ਼ ਤੁਸੀਂ ਖਿੱਚ ਰਹੇ ਸੀ ਉਹਨੂੰ। ਆਪਾਂ ਇਹਨੂੰ ਠੀਕ ਕਰਨਾ, ਠੀਕ ਹੈ? ਆਲ ਦਾ ਬੈਸਟ। ਅੱਛਾ ਵੀਰੇ, ਤੁਸੀਂ ਕੀ ਕਹਿਣਾ ਚਾਹੋਗੇ ਜੀ? ਸੋਹਣਾ ਗਾਇਆ ਤੁਸੀਂ, ਫੀਲ ਨਾਲ ਗਾਇਆ, ਸੋ ਅੱਗੇ ਹੋਰ ਵਧੀਆ ਕਰੋ। ਆਲ ਦਾ ਬੈਸਟ। ਥੈਂਕ ਯੂ ਜੱਜਸ ਐਂਡ ਗੁੱਡ ਲੱਕ ਟੂ ਯੂ।